ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਆਪਣਾ ਪੰਜਾਬ ਐਨਆਰਆਈ ਟੀਵੀ ਤੇ ਮੈਂ ਕਮਲਪ੍ਰੀਤ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਮਿਲਨਸਾਰ ਹੋਣ ਬਾਰੇ ਤਾਂ ਸਭ ਜਾਣਦੇ ਹਨ, ਪਰ ਇੰਨੇ ਖੁੱਲੇ ਦਿਲ ਦੇ ਹਨ ਉਹ ਕਿ ਆਪਣੇ ਵਿਰੋਧੀ ਨੂੰ ਵੀ ਗੱਲ ਲਾ ਲੈਂਦੇ ਹਨ ਅਤੇ ਉਹ ਵੀ ਸੈਂਕੜਾ ਲੋਕਾਂ ਦੇ ਦਰਮਿਆਨ। ਲੀਡਰ ਦਾ ਇਹ ਸੁਭਾਅ ਉਦੋਂ ਹੋਰ ਵੀ ਖਿੜਦਾ ਹੈ ਜਦ ਉਹ ਚੋਣ ਸਿਰ ਤੇ ਹੋਣ। ਜੀ ਹਾਂ, ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੇ ਵਿਰੋਧੀ ਤੇ ਐਨਡੀਪੀ ਪਾਰਟੀ ਦੇ ਨੇਤਾ ਜਗਮੀਤ ਸਿੰਘ ਨੂੰ ਜੱਫੀ ਪਾਈ ਹੈ। ਦਰਅਸਲ ਵੈਂਕੂਵਰ ਸ਼ਹਿਰ ਵਿੱਚ ਸਮਲੈਂਗਿਕ ਭਾਈਚਾਰੇ ਯਾਨੀ ਕਿ LGBTQ ਲਈ ਕੱਢੀ ਗਈ ਪ੍ਰਾਈਡ ਪਰੇਡ ਦੌਰਾਨ ਟਰੂਡੋ ਨੇ ਜਗਮੀਤ ਨੂੰ ਕੁੱਟ ਕੇ ਕਲਾਵੇ ਵਿੱਚ ਲੈ ਲਿਆ। ਇਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਖਾਸੀ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਦਿਖਾਈ ਦੇ ਰਿਹਾ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਪਰੇਡ ਵਿੱਚ ਤੁਰ ਰਹੇ ਹਨ ਕਿ ਉਹਨਾਂ ਦੀ ਨਜ਼ਰ ਜਗਮੀਤ ਤੇ ਪੈ ਗਈ। ਉਹ ਭੱਜ ਕੇ ਜਗਮੀਤ ਕੋਲ ਆਉਂਦੇ ਹਨ ਤੇ ਹੱਥ ਮਿਲਾ ਕੇ ਉਹਨਾਂ ਨੂੰ ਕੁੱਟ ਕੇ ਗੱਲ ਨਾਲ ਲਾਉਂਦੇ ਨੇ। ਟਰੂਡੋ ਨੇ ਸਿਆਸਤ ਤੋਂ ਉੱਪਰ ਉੱਠ ਕੇ ਚੰਗੇ ਰਿਸ਼ਤਿਆਂ ਦਾ ਸਬੂਤ ਦਿੱਤਾ ਹੈ। ਕੈਨੇਡਾ ਦੇ ਪੀਐਮ ਟਰੂਡੋ ਨੇ ਆਪਣੇ ਇਸ ਮਿਲਾਪੜੇ ਸੁਭਾਅ ਨਾਲ ਇੱਕ ਵਾਰੀ ਫੇਰ ਲੋਕਾਂ ਦਾ ਦਿਲ ਜਿੱਤ ਲਿਆ। ਇਸ ਪਰੇਡ ਵਿੱਚ ਜਿੱਥੇ ਪੀਐਮ ਉਮੀਦਵਾਰ ਤੇ ਐਨਡੀਪੀ ਲੀਡਰ ਜਗਮੀਤ ਸਿੰਘ ਨਾਲ ਨਾਲ ਗ੍ਰੀਨ ਪਾਰਟੀ ਦੀ ਲੀਡਰ ਐਲਿਜ਼ਾਬੈਥ ਮੇ ਵੀ ਸ਼ਾਮਲ ਹੋਈ, ਪਰ ਸਭ ਨੂੰ ਕੈਨੇਡਾ ਦੇ ਵਿਰੋਧੀ ਧਿਰ ਦੇ ਨੇਤਾ ਐਂਡਰਿਊ ਸੀਚਰ ਦੀ ਗੈਰ ਹਾਜ਼ਰੀ ਜ਼ਰੂਰ ਰੜਕੀ। ਕੈਨੇਡਾ ਵਿੱਚ ਇਸੇ ਸਾਲ ਆਮ ਚੋਣਾਂ ਹੋਣ ਜਾ ਰਹੀਆਂ ਨੇ।